ਇੱਕ ਧੇਲੇ ਦਾ ਪੈਦਾ ਨਹੀਂ ਹੋਇਆ ਹੈਗਾ, ਵਾਧੂ ਦੀ ਬੇਇੱਜ਼ਤੀ ਕਰਾ ਕੇ ਆ ਗਿਆ ਵਾਂ। ਅੰਤਰ ਮੀਂਹ ਵਰਦੇ ਦੇ ਵਿੱਚ ਲੱਤਾਂ ਤੋੜਦੇ ਗਏ ਹਾਂ, ਲੱਤਾਂ ਤੋੜਦੇ ਆਏ ਹਾਂ, ਉੱਧਰੋਂ ਬੱਸ ਨੇ ਲੇਟ ਕਰ ਦਿੱਤਾ, ਕਿਹੜਾ ਵੇਲਾ ਹੋ ਗਿਆ ਹੁਣ। ਮੈਂ ਆਖਿਆ ਨਾ ਜਾਈਏ ਨਾ ਜਾਈਏ, ਉੱਧਰ ਗਲਤੀ ਹੋ ਗਈ ਆ, ਐਵੇਂ ਬੇਇੱਜ਼ਤੀ ਕਰਾ ਕੇ ਆ ਗਈਆਂ। ਹੋਰ ਕੀ ਤੇਰੇ ਆਖੇ ਲਾ ਕੇ? ਕੀ ਮੇਰੇ ਆਖੇ ਲਾ ਕੇ, ਮੈਂ ਤਾਂ ਫਾਇਦਾ ਹੀ ਸੋਚਿਆ ਸੀ। ਹੁਣ ਮੈਨੂੰ ਥੋੜਾ ਪਤਾ ਸੀ ਕਿ ਉਹਨੇ ਮੈਡਮ ਨੇ ਗਾੜੀ ਮੰਨਣਾ ਨਹੀਂ ਹੈਗਾ, ਉਹਦੀ ਤੇ ਆਕੜੀ ਨਹੀਂ ਮਾਣ ਹੈਗੀ। ਤੈਨੂੰ ਨਹੀਂ ਪਤਾ ਹੈਗਾ ਜਦੋਂ ਇੱਥੇ ਆਈ ਤੇ ਕੀ ਕੁਛ ਕਰਕੇ ਗਈ, ਤੇ ਹੁਣ ਉੱਥੇ ਗਈ ਨੂੰ ਭਲਾ ਕਰਨਾ, ਕਿਤੇ ਚਾਹ ਦਾ ਘੁੱਟ ਨਹੀਂ ਪਿਆ ਲੈਣੀ, ਠਰ ਕੇ ਗਏ ਆ। ਉਹ ਤੇ ਕਹਿੰਦੇ ਸੀ ਚਾਹ ਪੀ ਕੇ ਜਾਇਆ, ਰੋਟੀ ਖਾ ਪਾਣੀ ਖਾ ਕੇ ਜਾਇਆ। ਕਹਿੰਦੀ ਆ ਨਾ, ਬਣਾਈ ਤੇ ਨਹੀਂ ਨਾ, ਲੜਾਈ ਨਾ ਕਰੀ ਜਾ। ਹੁਣ ਨਹੀਂ ਮੰਨੀ ਤੇ ਮੈਂ ਕੀ ਕਰਾਂ? ਮੈਂ ਹਰ ਕੋਈ ਅੱਗੇ ਨੂੰ ਸੋਚਦਾ ਵਾ ਕਿ ਚੱਲ ਫਾਇਦਾ ਹੋ ਜੂਗਾ, ਜੇ ਕੱਲੀਆਂ ਚੱਲ ਜਾਂਦੀ ਤੇ ਬੇਇੱਜ਼ਤੀ ਹੋਣੀ ਸੀ। ਮੈਂ ਕਿਹਾ ਚੱਲ ਨਾਲ ਹੋ ਜੂਗੀ, ਭੜ ਭੜਾ ਹੋ ਜੂਗਾ। ਹੁਣ ਮੈਨੂੰ ਵੀ ਪਤਾ ਸੀ। ਤੈਨੂੰ ਵੀ ਵੱਡਿਆ ਸੀ ਵੀ ਨਾ ਜਾਈਏ ਨਾ ਜਾਈਏ, ਅਕਲ ਉਕਲ ਤੈਨੂੰ ਵੀ ਹੈਨੀਗੀ, ਤੂੰ ਵੀ ਆਪਣੀ ਭੂਆ ਵਰਗੀ ਆ। ਮੈਂ ਹਿਸਾਬ ਲਾ ਲਿਆ ਤੇਰਾ, ਤੇਰੀ ਤੇ ਬੰਦਾ ਮੰਨੇ ਹੀ ਨਾ, ਜਦੋਂ ਮੈਂ ਤੇਰੀ ਮੰਨ ਲੈਂਦੀ ਹਾਂ ਨਾ ਤਾਂ ਬੇਇੱਜ਼ਤੀ ਹੁੰਦੀ ਆ ਬਸ। ਮੂੰਹ ਕੀ ਬਣਾਉਣੀ ਆ, ਸੱਚੀ ਗੱਲ ਆ। ਮੇਰੇ ਤੇ ਪੈਰ ਹੀ ਲੈ ਚੱਲੇ, ਇੰਨੀ ਠੰਡ ਲੱਗਣ ਡੀ ਆ ਨਾ। ਜਾ ਕੱਪ ਕ ਚਾਹ ਬਣਾ ਲਿਆ, ਵਧੀਆ ਜੀ, ਠੰਡ ਨਹੀਂ ਲੱਥਣੀ ਉਹਨਾਂ ਚਿਰ। ਮੰਮੀ ਤੁਹਾਨੂੰ ਖਾਣ ਪੀਣ ਦਾ ਹੀ ਵਾਸਤਾ ਵਾ, ਹੋਰ ਤੁਹਾਨੂੰ ਕੋਈ ਗੱਲ ਹੀ ਨਹੀਂ ਹੁੰਦੀ ਹੈਗੀ ਖਾਣ ਪੀਣ ਤੋਂ ਇਲਾਵਾ? ਹਾਏ ਖਾਣਾ ਪੀਣਾ ਤੇ ਹੁੰਦਾ ਹੀ ਆ, ਭੂਆ ਵੱਲ ਜਾ ਕੇ ਤੇ ਵਾਧੂ ਟਾਈਮ ਵੇਸਟ ਕੀਤਾ ਹੈ। ਉਹ ਹੀ ਜਾਂਦੇ ਸੀ ਸੰਦੀਪ ਵੱਲ ਤੇ ਖਰੇ ਸਾਡੇ ਆਖੇ ਲਾਗੇ ਮੰਨ ਹੀ ਜਾਂਦੀ, ਹੁਣ ਕੀਂਗ ਪਾ ਲਈ ਆ ਨਾ ਅਸੀਂ। ਨਹੀਂ ਨਹੀਂ ਕੀਂਗ ਨਹੀਂ ਪਾਉਣੀ ਹੈਗੀ ਵੀ, ਸਵੇਰੇ ਜਾਵਾਂਗੇ ਉੱਧਰ, ਸਵੇਰੇ ਚੱਲੀਏ ਟਾਈਮ ਨਾਲ ਹੀ। ਹੋਰ ਕੀ, ਤੱਤੇ ਤੱਤੇ ਘਾਈ ਗੱਲ ਬਣ ਜੇ ਤੇ ਬਣ ਜੇ, ਬਾਅਦ ਚੋਂ ਨਹੀਂ ਜੇ ਗੱਲ ਬਣਨੀ ਹੈਗੀ। ਇੱਦਾਂ ਹੀ ਕਰਨੀ ਆ, ਸਵੇਰੇ ਜਾਂਦੇ ਹਾਂ ਉੱਧਰ ਨੂੰ, ਫਿਰ ਗੱਲ ਬਣਨੀ ਵਾਕਈ। ਤਰਲਾ ਮਿਹਨਤੀ ਆ, ਕਰ ਲਵਾਂਗੇ, ਹੋਰ ਕੀ ਆ। ਮੰਮੀ ਮੈਂ ਵਿੱਕੀ ਨੂੰ ਫੋਨ ਲਾਵਾਂ ਭਲਾ? ਵੇਖ ਲਾ, ਹੈਂ ਵੇਖ ਲਾ, ਕੀ ਪਤਾ ਮੇਰੇ ਨਾਲ ਗੱਲ ਕਰ ਹੀ ਲੈਣ। ਵੇਖ ਲਾ ਲੱਗ ਜਾ ਲਿਆ, ਲਿਆਵਾਂ ਫੋਨ। ਮੁਸ਼ਕਲ ਹੀ ਚੁੱਕਣਾ ਮੈਨੂੰ ਲੱਗਦਾ, ਚੁੱਕਣਾ ਹੁੰਦਾ ਤੇ ਹੁਣ ਚੁੱਕ ਲੈਣਾ ਸੀ। ਆਹੋ ਫੋਨ ਤੇ ਹਰ ਵੇਲੇ ਕੋਲ ਹੀ ਰਹਿੰਦਾ ਆ, ਜ਼ਹਿਰ ਨਾਲ ਤੇ ਭਰੇ ਗਏ ਆ ਫੋਨ ਚੁੱਕਣ ਡੇ। ਨਾਲੇ ਇਹ ਤੇ ਮੁੰਡਾ ਇੱਦਾਂ ਦਾ ਵਾ, ਜਿਹੜੀ ਗੱਲ ਕਹਿਤੀ ਸੋ ਕਹਿਤੀ। The person you're calling is not answering. Please try later. ਚੱਲ ਇਹੋ ਸਕੀਮ ਠੀਕ ਹੈ, ਸਵੇਰੇ ਉੱਧਰ ਜਾਂਦੇ ਹਾਂ, ਤਰਲਾ ਮਿਹਨਤ ਕਰਨੇ ਆ। ਕੀ ਪਤਾ ਜੇ ਉਹਨਾਂ ਨੇ ਵੀ ਮੰਨਣਾ ਕਿ ਨਹੀਂ, ਕਿਹੜੇ ਸਿੱਧੇ ਮੂੰਹ ਬੋਲਣਾ ਕਿ ਜਾਂ ਨਹੀਂ। ਚੱਲ ਕੋਈ ਨਹੀਂ, ਗਿਆਨ ਦਾ ਹੋ ਸਕਦਾ ਮਾਣ ਤਾਣ ਰੱਖ ਹੀ ਲੈਣ। ਚਲੋ ਵੇਖੀ ਜਾਊਗੀ। ਸੰਦੀਪ ਅੱਜ ਨਾ ਮੇਰਾ ਜੀ ਕਰਨ ਡਿਆ ਵੀ ਮਨਚੂਰੀਅਨ ਬਣਾ ਕੇ ਖਾਈਏ। ਲੈ ਤੇ ਪੈਕਟ ਹੈਗੇ ਆ, ਸਬਜ਼ੀਆਂ ਮੰਗਾ ਲਈਏ। ਲਿਆ ਦੋਗੇ ਸਬਜ਼ੀਆਂ ਨੂੰ? ਲਿਆ ਦਿੰਦਾ ਵਾ, ਸਬਜ਼ੀਆਂ ਦਾ ਕੀ ਆ, ਬਣਾਉਣ ਵਾਲੀ ਬਣ ਤੂੰ। ਮੈਂ ਹੁਣੇ ਬਣਾ ਲਈ। ਉਹ ਕਾਦੀ ਖੁਸ਼ੀ 'ਚ ਬਣਾ ਲੈਣਾ ਵਾ। ਲੈ ਦੱਸ, ਖੁਸ਼ੀ ਆ ਥੋੜ੍ਹੀ ਆ, ਜਿਹੜਾ ਕੰਮ ਹੋਇਆ ਵਾ ਸਭ ਕੁਝ ਠੀਕ ਹੋਣ ਡਿਆ, ਹੌਲੀ ਹੌਲੀ ਇਸੇ ਖੁਸ਼ੀ 'ਚ ਖਾ ਲੈਣਾ ਆਪਾਂ ਬਣਾ ਕੇ। ਨਾਲੇ ਵੇਖ ਲਾ ਆਪਾਂ ਐਵੇਂ ਡਰੀ ਜਾਂਦੇ ਸੀ ਨਾ, ਰੱਬ ਦੇ ਘਰ ਦੇਰ ਆ, ਹਨੇਰ ਥੋੜ੍ਹੀ ਹੈਗਾ ਵਾ।
ਸਭ ਕੁਝ ਹੌਲੀ ਹੌਲੀ ਠੀਕ ਹੋਣ ਡਿਆ ਵਾ। ਸਹੀ ਗੱਲ ਆ ਵੀਰ ਜੀ ਤੁਹਾਡੀ, ਸੋਚਿਆ ਤਾਂ ਨਹੀਂ ਵੀ ਐਡੀ ਛੇਤੀ ਸਾਰਾ ਕੁਝ ਠੀਕ ਹੋ ਜੂਗਾ, ਪਰ ਪਰਮਾਤਮਾ ਨੇ ਸੱਚੇ ਬੰਦੇ ਦਾ ਸਾਥ ਦੇਣਾ ਹੀ ਹੁੰਦਾ ਆ। ਆਨੀ ਬਾਨੀ ਸਹੀ, ਉੱਦਾਂ ਵੀਰ ਜੀ ਸਾਰੀਆਂ ਗੱਲਾਂ ਕਰ ਲਈਆਂ, ਪਰ ਇੱਕ ਗੱਲ ਹੀ ਨਹੀਂ ਮੈਂ ਪੁੱਛੀ ਕਵਲ ਨੂੰ ਵੀ ਉਹਨਾਂ ਨੂੰ ਸੱਚਾਈ ਦਾ ਪਤਾ ਕਿੱਦਾਂ ਲੱਗਾ। ਜਦੋਂ ਆਏ ਸੀ ਨਾ ਬਾਹਰ ਮੈਨੂੰ ਸਾਰੀ ਗੱਲ ਦੱਸੀ ਉਹਨਾਂ ਨੇ ਵੀ ਘਰ 'ਚ ਕੈਮਰਾ ਲੱਗਾ ਜਿਹੜਾ, ਉਹਨਾਂ ਨੂੰ ਚੇਤਾ ਹੀ ਨਹੀਂ ਇਹ ਗੱਲ ਦਾ ਵੀ ਕੈਮਰਾ ਵੀ ਲੱਗਾ ਹੋਇਆ ਵਾ। ਚੇਤਾ ਭੁੱਲ ਗਿਆ ਉਹਨਾਂ ਤੋਂ ਵੇਖਿਆ ਜਦੋਂ ਉਹਨਾਂ ਨੇ ਰਿਕਾਰਡਿੰਗ ਕੱਢ ਕੇ, ਅਤੇ ਪ੍ਰੀਤੀ ਆਪਣੇ ਮੂੰਹ 'ਤੇ ਆਪੇ ਚਪੇੜਾ ਮਾਰਨ ਡਈ, ਅਤੇ ਪੱਟੀਆਂ ਬੰਨਣ ਡਈ ਆਪਣੀ ਮਾਂ ਦੇ ਅਤੇ ਆਪਣੇ ਵੀ। ਵੇਖ ਲਾ ਤਾਂ ਕੈਮਰੇ ਦਾ ਕਿੰਨਾ ਫਾਇਦਾ ਹੋਇਆ ਜੀ। ਵੇਖ ਲਾ ਕਿੰਨੀਆਂ ਚਲਾਕ ਵਾ ਹੈ, ਜੇ ਕਿਤੇ ਕੈਮਰਾ ਨਾ ਹੁੰਦਾ ਤਾਂ ਇਹਨਾਂ ਦਾ ਤਾਂ ਭੇਦ ਖੁੱਲ੍ਹਣਾ ਹੀ ਨਹੀਂ ਨਾ। ਸਹੀ ਗੱਲ ਆ, ਪਰ ਉਹ ਆਉਂਦੇ ਹੁੰਦੇ ਆ ਨਾ, ਚੋਰ ਜਿੰਨਾ ਮਰਜ਼ੀ ਸ਼ਾਤਰ ਹੋਵੇ ਕੋਈ ਨਾ ਕੋਈ ਸਬੂਤ ਤੇ ਰਹਿ ਹੀ ਜਾਂਦਾ ਆ, ਇੱਕ ਨਾ ਇੱਕ ਦਿਨ ਤੇ ਫਸ ਹੀ ਜਾਂਦਾ ਵਾ। ਹਾਂ ਉਹ ਹਾਲ ਇਹਨਾਂ ਦਾ ਹੋਇਆ, ਆਪ ਹੀ ਇਹਨਾਂ ਨੇ ਕੈਮਰੇ ਲਵਾਇਆ, ਉਸੇ ਕੈਮਰੇ ਦੀ ਰਿਕਾਰਡਿੰਗ 'ਚ ਆਪ ਹੀ ਫਸ ਗਈਆਂ ਇਹ। ਚੇਤਾ ਤੇ ਸਾਨੂੰ ਵੀ ਨਹੀਂ, ਜੇ ਸਾਨੂੰ ਚੇਤਾ ਹੁੰਦਾ ਤੇ ਅਸੀਂ ਕਹਿ ਦਿੰਦੇ ਕੈਮਰਾ ਚੈੱਕ ਕਵਲ ਜਦੋਂ ਆਇਆ ਸੀ ਉਦੋਂ ਉਹਨਾਂ ਨੂੰ ਕਹਿ ਦੇਣਾ ਸੀ ਵੀ ਤੂੰ ਕੈਮਰਾ ਜਾ ਕੇ ਚੈੱਕ ਕਰ ਲੈ। ਇਹਨੂੰ ਵੀ ਨਹੀਂ ਚੇਤਾ ਆ ਤਾਂ ਹੀ ਇੰਨੀਆਂ ਕਵਲ ਭਾਜੀ ਨੇ ਗੱਲਾਂ ਕੀਤੀਆਂ, ਤੇ ਜੇ ਕਿਤੇ ਉਹਨਾਂ ਨੂੰ ਚੇਤਾ ਹੁੰਦਾ ਤੇ ਇੰਨਾ ਇੱਥੇ ਕਿੰਨਾ ਕੁਛ ਬੋਲ ਕੇ ਗਏ ਆ। ਇੱਕ ਇਹ ਵੀ ਗੱਲ ਆ ਨਾ, ਸਾਨੂੰ ਇਹ ਥੋੜ੍ਹੀ ਨਾ ਪਤਾ ਸੀ ਕਿ ਪ੍ਰੀਤੀ ਨੇ ਆਪ ਹੀ ਇਹ ਨਾਟਕ ਰਚ ਲੈਣਾ ਚਪੇੜਾ ਮਾਰਨ ਦਾ ਤੇ ਪੱਟੀਆਂ ਬੰਨਣ ਦਾ। ਚੰਗਾ ਸਗੋਂ ਕੀਤਾ, ਸੱਚਾਈ ਸਾਹਮਣੇ ਆ ਗਈ। ਉਦਾਂ ਵੇਖ ਲਾ ਕਿੰਨੀ ਨੀਚ ਹਰਕਤ ਕੀਤੀ ਹੈ ਇਹਨਾਂ ਨੇ, ਆਪਣੇ ਘਰ ਆਪੇ ਜਾਣ ਡਈਆਂ ਵਾ। ਕੀ ਪਤਾ ਇੱਦਾਂ ਕਰਕੇ ਇਹਨਾਂ ਨੂੰ ਕੀ ਮਿਲਦਾ ਆ। ਕਵਲ ਐਵੇਂ ਤਾਂ ਨਹੀਂ ਇੱਥੇ ਆ ਕੇ ਖੱਪਣ ਡਏ, ਜਦੋਂ ਕਵਲ ਦੇ ਸਾਹਮਣੇ ਵਾਕਿਆ ਹੀ ਸਾਰਾ ਕੁਝ ਇਸ ਤਰੀਕੇ ਨਾਲ ਇਹਨਾਂ ਨੇ ਪੇਸ਼ ਕੀਤਾ ਕਿ ਆਣ ਕੇ ਮਾਮਾ ਜੀ ਨੇ ਸਾਨੂੰ ਖਿੱਚਾ ਧੂਈ ਕੀਤੀ ਆ, ਧੌਣ ਮਰੂੜੀ ਆ, ਅਤੇ ਧੌਣ 'ਤੇ ਵੇਲਾ ਪੱਟੀ ਬੰਨ ਲਈ, ਮੰਮੀ ਦੀ ਗੁੱਟ 'ਤੇ ਬੰਨ ਦਿੱਤੀ ਪੱਟੀ, ਇੱਦਾਂ ਖਿੱਚੀਆਂ ਥੋੜ੍ਹੀ ਸੱਟਾਂ ਲੱਗ ਜਾਂਦੀਆਂ। ਗੱਲ ਕਰਨ 'ਚ ਅਤੇ ਅੱਖੀਂ ਵੇਖਣ 'ਚ ਬੜਾ ਫਰਕ ਹੁੰਦਾ ਆ। ਪੂਰੀ ਐਕਟਿੰਗ ਕੀਤੀ ਇਹਨਾਂ ਨੇ, ਇਹਨਾਂ ਨੂੰ ਦੋਵਾਂ ਮਾਵਾਂ 'ਤੇ ਇਹਨੂੰ ਫਿਲਮਾਂ 'ਚ ਹੋਣਾ ਚਾਹੀਦਾ ਵਾ। ਸਹੀ ਗੱਲ ਆ। ਸੰਦੀਪ ਹਾਂਜੀ, ਉੱਦਾਂ ਆਇਆ ਕਵਲ ਭਾਜੀ ਦਾ ਫੋਨ ਘਰ ਵਾ ਕੇ ਜਾਂ ਹੋਰ ਕਿਤੇ ਨੇ? ਆਇਆ ਹੀ ਫੋਨ, ਹੋਈ ਆ ਮੇਰੀ ਗੱਲਬਾਤ, ਪਰ ਉਹ ਘਰ ਨਹੀਂ ਹੈਗੇ, ਵਿੱਕੀ ਭਾਜੀ ਦੇ ਨਾਲ ਹੀ ਉਹ ਚੱਲ ਗਏ ਉੱਧਰ ਨੂੰ, ਅਤੇ ਨਾਲੇ ਇੰਨੀ ਗੱਲ ਵੀ ਮੈਨੂੰ ਦੱਸਦੇ ਸੀ ਕਿ ਮੈਂ ਉਹਨਾਂ ਨੂੰ ਦੱਸ ਦਿੱਤਾ ਕਿ ਸੰਦੀਪ ਆਉਂਦੀ ਕਿ ਮੈਂ ਇਸ ਘਰ 'ਚ ਨਹੀਂ ਆਉਣਾ, ਅਤੇ ਉਹ ਵੀ ਆਉਂਦੇ ਆ ਕਿ ਮੈਂ ਨਹੀਂ ਇੱਥੇ ਰਹਿਣਾ, ਤੁਸੀਂ ਰਹੋ ਦੋਵੇਂ ਮਾਵਾਂ ਧੀਆਂ ਇੱਥੇ, ਅਤੇ ਸਾਨੂੰ ਨਾ ਹੁਣ ਸਾਰੀ ਉਮਰ ਡੀਕਿਓ, ਅਤੇ ਉੱਦਾਂ ਤਾਂ ਆਉਂਦੀਆਂ ਸੀਗੀਆਂ ਵੀ ਨਹੀਂ ਨਹੀਂ ਇੱਦਾਂ ਨਾ ਕਰੋ, ਤਰਲੇ ਤੁਰਲੇ ਪਾਉਂਦੀਆਂ ਸੀ, ਪਰ ਤੁਹਾਨੂੰ ਤਾਂ ਪਤਾ ਹੀ ਆ ਇਹਨਾਂ ਦੇ ਤਰਲੇ ਅਤੇ ਮਗਰ ਮੱਸ ਦੇ ਕੀ ਆਉਂਦੇ ਹੁੰਦੇ ਆ ਇੱਥੇ। ਇੱਕ ਹੀ ਗੱਲ ਆ, ਯਕੀਨ ਹੀ ਨਹੀਂ ਰਹਿ ਗਿਆ ਹੁਣ ਇਹਨਾਂ 'ਤੇ, ਯਕੀਨ ਨਹੀਂ ਰਹਿ ਗਿਆ, ਅਤੇ ਉਹ ਵੀ ਆਉਂਦੇ ਆਉਂਦੇ ਮੈਂ ਨਹੀਂ ਸੁਣੀ ਇਹਨਾਂ ਦੀ ਇੱਕ ਵੀ, ਹੁਣ ਇਹਨਾਂ ਨੂੰ ਸਬਕ ਹੀ ਤਾਂ ਮਿਲਣਾ, ਅਤੇ ਦੂਜੀ ਗੱਲ ਵਿੱਕੀ ਭਾਜੀ ਨੇ ਪ੍ਰੀਤੀ ਨੂੰ ਵੀ ਨਹੀਂ ਖੜਿਆ। ਚੱਲ ਚੰਗਾ ਹੋਇਆ, ਉਹ ਵੀ ਪਤਾ ਲੱਗੂਗਾ, ਪਤਾ ਇੱਦਾਂ ਹੀ ਲੱਗਣਾ ਵਾ। ਉਹਦਾ ਇੱਕ ਗੱਲ ਮੈਂ ਵੇਖੀ ਆ, ਵਿੱਕੀ ਹੈ ਬੜਾ ਸਖਤ ਵਾ, ਉਹ ਸੱਚਾਈ ਦਾ ਸਾਥ ਬੜਾ ਦਿੰਦਾ ਆ, ਉਹਨੂੰ ਇਹ ਨਹੀਂ ਹੈਗਾ ਕਿ ਮੈਂ ਆਪਣਾ ਘਰ ਸਾਂਭਾਂ ਤੇ ਜਾਂ ਮੈਂ ਸਿਰਫ ਆਪਣੇ ਬਾਰੇ ਹੀ ਸੋਚਾਂ, ਨਾਲੇ ਪਤਾ ਵਾ ਉਹਨੂੰ ਉਹਦੀਆਂ ਕਰਤੂਤਾਂ ਦਾ ਕਿਦਾਂ ਦਾ ਕੰਮ ਕਰਦੀ ਆ। ਕਈਆਂ ਬੰਦਿਆਂ ਦਾ ਸੁਭਾਅ ਇਦਾਂ ਦਾ ਹੁੰਦਾ, ਉਹ ਸੱਚ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਆ, ਤੇ ਬਾਕੀ ਉਹ ਕਹਿੰਦੇ ਆਉਂਦੇ ਜੇ ਇੱਦਾਂ ਨਾ ਕੀਤਾ ਨਾ ਤੇ ਇਹਨਾਂ ਨੂੰ ਅਕਲ ਵੀ ਨਹੀਂ ਆਉਣੀ, ਕਿਉਂਕਿ ਅੱਗੇ ਵੀ ਬੜੀ ਵਾਰੀ ਪ੍ਰੀਤੀ ਲੜ ਕੇ ਆਈ ਆ, ਚੱਲ ਜਾਂਦੀ ਰਹੀ ਆ, ਪਰ ਆਉਂਦੇ ਐਰਕੀ ਤਾਂ ਹੁਣ ਇਹਨੂੰ ਇਹੋ ਜਿਹਾ ਝਟਕਾ ਦਊਂਗਾ, ਜਾਂ ਤਾਂ ਸੱਚੀ ਸੁਧਰ ਜੂਗੀ ਅਤੇ ਜਾਂ ਫਿਰ ਸਾਰੀ ਉਮਰ ਪੇਕੇ ਹੀ ਰਹੂਗੀ। ਮਾਂ ਨੂੰ ਵੀ ਫੇਰ ਹੀ ਅਕਲ ਆਉਣੀ ਆ, ਧੀ ਨਾ ਇੱਦਾਂ ਹੋਣ ਨਾ ਤੇ ਮਾਂ ਨੂੰ ਵੀ ਫੇਰ ਅਹਿਸਾਸ ਹੁੰਦਾ ਵਾ, ਨਹੁੰਾਂ 'ਤੇ ਜਿੰਨੀਆਂ ਮਰਜ਼ੀ ਕਰ ਲਓ। ਮੈਂ ਉੱਦਾਂ ਹਿਸਾਬ ਲਾਇਆ ਇੱਕ, ਮੰਮੀ ਸਾਡੀ ਜਿਹੜੀ ਆ ਨਾ ਪ੍ਰੀਤੀ ਦੇ ਮਗਰ ਲੱਗ ਕੇ ਸਾਰਾ ਕੁਛ ਕਰਦੀ ਆ, ਉਹਦੇ ਕਹਿਣ 'ਤੇ ਉਹਦੀਆਂ ਸਲਾਹਾਂ 'ਤੇ ਹੀ ਫੇਰ ਹੀ ਚੱਲਦੇ ਆ, ਵਿੱਚ ਜੇ ਵੇਖਿਆ ਸਾਡੀ ਅਤੇ ਮੰਮੀ ਦੀ ਨਾ ਬੜੀ ਸੁਲਾਹ ਹੋ ਗਈ, ਅਸੀਂ ਉਹਨੂੰ ਸਮਝਾ ਲਿਆ ਸੀ, ਕਵਲ ਨੇ ਬੜੇ ਪਿਆਰ ਨਾਲ ਸਮਝਾਇਆ, ਮੈਂ ਵੀ, ਅਤੇ ਬੜੇ ਸੋਹਣੇ ਸਾਡੇ ਨਾਲ ਰਹਿਣ ਲੱਗ ਗਏ। ਬਸ ਉਹ ਮੈਡਮ ਆਈ ਹੈ 4 ਦਿਨ ਰਹਿਣ, ਅਤੇ ਪਤਾ ਨਹੀਂ ਉਹਨੇ ਆ ਕੇ ਕੀ ਫੂਕਾਂ ਮਾਰੀਆਂ ਮੰਮੀ ਦੇ ਕੰਨ 'ਚ ਲਾ ਲਿਆ ਮਗਰ ਮੰਮੀ ਨੂੰ ਫੇਰ, ਅਤੇ ਉਦੋਂ ਤੋਂ ਫੇਰ ਆਹ ਕੁਛ ਚੱਲਣ ਡਿਆ, ਇਹ ਸਾਰਾ ਵਿਗਾੜ ਪਾਉਂਦੀ ਉਹ ਆ।
ਬਾਕੀ ਇਹ ਆਉਂਦੇ ਹੁੰਦੇ ਆਟੇ ਦੇ ਨਾਲ ਘੁਣ ਵੀ ਪੀਸਦਾ, ਉਹ ਹਿਸਾਬ ਆ। ਹੁਣ ਉਹਦੇ ਨਾਲ ਨਾਲ ਮੰਮੀ ਨੇ ਵੀ ਪੀਸਣਾ ਹੈ। ਚੱਲ ਆਪੇ ਕਿਤੇ ਟਾਈਮ ਪਾ ਕੇ ਆਏਗੀ ਨਾ ਅਕਲੇ ਨਾਲ। ਹਾਂ ਬਾਕੀ ਉਹ ਵੀ ਆਉਂਦੇ ਆਉਂਦੇ ਤੇਰਾ ਫੈਸਲਾ ਸਹੀ ਆ, ਜਿੰਨਾ ਚਿਰ ਅਸੀਂ ਇੱਥੋਂ ਜਾਵਾਂਗੇ ਨਾ ਨਾ ਉਨਾ ਚਿਰ ਕਲੇ ਨਹੀਂ ਮੁੱਕਣੇ ਘਰੋਂ। ਅਤੇ ਹੁਣ ਆਉਂਦੇ ਮੈਂ ਵਿੱਕੀ ਭਾਅ ਜੀ ਕੋਲ 2 ਦਿਨ ਰਹਿ ਕੇ ਅਤੇ ਨਾਲੇ ਉੱਥੇ ਕੰਮ ਦਾ ਪਤਾ ਪੁਤਾ ਕਰ ਦਾਂ ਕਿਤੇ ਬਾਹਰ ਅੰਦਰ, ਅਤੇ ਜਦੋਂ ਵੀ ਸਾਰਾ ਸੈਟਿੰਗ ਹੋ ਗਈ ਕੰਮ ਕੁੰਮ ਦੀ ਅਤੇ ਫਿਰ ਆਉਂਦੇ ਸੀ ਤੈਨੂੰ ਮੈਂ ਆ ਕੇ ਲਿਆ ਜੂੰਗਾ। ਚਲੋ ਵਧੀਆ ਸਗੋਂ। ਹਾਂ ਮੰਮੀ ਥੋੜੀ ਛੇਤੀ ਤੁਰੋ, ਹਾਂ ਤੁਸੀਂ ਤੇ ਤੁਰਨੀ ਬੜਾ ਹੌਲੀ ਹੌਲੀ ਡੇ ਜੇ। ਹੈ ਭੈਣਾ ਮੇਰੇ ਤੇ ਖੁੱਚਾਂ ਰਹਿ ਗਈਆਂ ਨੇ ਤੁਰ ਤੁਰ ਕੇ, ਇੱਕ ਪੰਗਾ ਖਾਣਾ, ਨਾ ਕੋਈ ਰਕਸ਼ਾ ਤੇ ਨਾ ਕੋਈ ਆਟੋ ਇਸ ਪਿੰਡ 'ਚ। ਕਿੱਦਾਂ ਦਾ ਇਹ ਪਿੰਡ ਆ, ਪਛੜਿਆ ਜਿਹਾ ਹੀ ਆ ਪਿੰਡ ਇਹਨਾਂ ਦਾ। ਲੱਤਾਂ ਮੇਰੀਆਂ ਦੁਖ ਮੈਂ ਕਹਿੰਦੀ ਚਾਚੀ ਦਾ ਘਰ ਜੇ ਇੱਥੋਂ ਛੇਤੀ ਛੇਤੀ ਲੰਘ ਜੇ, ਐਵੇਂ ਨਾ ਵੇਖ ਕੇ ਪਿਆ ਤੇ ਕੋਣ ਡੈ ਪਿਆ ਨੂੰ। ਆਹ ਆਵਾਜ਼ ਹੀ ਨਾ ਮਾਰ ਲਏ ਕਿਤੇ ਹੋਰ ਕੀ। ਬੰਦ ਆ ਗੇਟ ਤੇ ਅੰਦਰੋਂ ਬੰਦ ਆ, ਖੜਕਾਉਣਾ ਪੈਣਾ ਵਾ। ਖੜਕਾ ਫਿਰ। ਚੱਲ ਜੀ ਤਾਂ ਇੱਦਾਂ ਕਰ, ਤੂੰ ਮੈਨੂੰ ਸਮਾਨ ਦੱਸ ਕਿਹੜਾ ਕਿਹੜਾ ਲਿਆਉਣਾ ਮਨਚੂਰੀਅਨ ਵਾਸਤੇ, ਮੈਂ ਤੁਹਾਨੂੰ ਲਿਆ ਦਿੰਦਾ ਵਾਂ। ਸਮਾਨ ਕੀ ਆ, 2 ਕੁ ਸਬਜ਼ੀਆਂ ਵਾ, ਗਾਜਰਾਂ ਲਾਇਓ ਕਿਲੋ ਕੁ, ਹੈ ਨਾ ਕਿਲੋ ਕੁ ਬੜੀਆਂ, ਨਾਲ ਸਬਜ਼ੀ ਬਣਾ ਲਾਂਗੇ ਤਾਂ 2 ਕੀ ਪੈਣੀਆਂ ਮਨਚੂਰੀਅਨ ਵਿੱਚ, ਅਤੇ 1 ਫੁੱਲ ਗੋਭੀ ਦਾ ਲਾਇਓ। ਤੁਸੀਂ ਇੱਦਾਂ ਕਰਿਓ ਨਾ, ਤੁਸੀਂ ਸਬਜ਼ੀ ਵਾਲੇ ਭਾਈ ਨੂੰ ਕਿਹੋ ਵੀ 2 ਗਾਜਰਾਂ ਦੇ ਦੇ, ਨਹੀਂ ਨਹੀਂ 1 ਨਿਕਾ ਜਾ ਫੁੱਲ ਗੋਭੀ ਦਾ ਦੇ ਦੇ, ਅਸੀਂ ਮਨਚੂਰੀਅਨ ਨਹੀਂ ਬਣਾਉਣਾ ਆ। ਤੇ ਉਦਾਂ ਦੱਸ ਕਿ ਕਿਲੋ ਜਾਂ ਪਾਈ ਅੱਧਾ ਕਿਲੋ। ਠੀਕ ਆ ਕਿਲੋ ਗਾਜਰਾਂ ਲਾਇਓ ਤੁਸੀਂ, ਤੇ ਕਿਲੋ ਗੋਭੀ ਲਾਇਓ, ਤੇ ਬੰਦ ਗੋਭੀ ਦਾ 1 ਫੁੱਲ ਲਿਆਇਓ। ਹੁਣ ਬਹੁਤੀ ਕੀ ਕਰਨਾ, ਛੋਟਾ ਜਿਹਾ ਫੁੱਲ ਵੇਖ ਲਿਓ ਕੋਈ, ਛੋਟਾ ਜਿਹਾ ਕਿੱਡਾ ਸਾਰਾ ਛੋਟਾ, 1 ਕਿਲੋ ਸ਼ਿਮਲਾ ਮਿਰਚ ਲਾਇਓ ਛੋਟਾ ਭਰਾ, ਚੱਲ 1/2 ਕਿਲੋ ਸ਼ਿਮਲਾ ਮਿਰਚ ਲਾਇਓ, ਫਿਰ ਬਾਕੀ ਸਬਜ਼ੀ ਬਣਾ ਲਾਂਗੇ, 1/2 ਹੀ ਪੀਸ ਪੈਣਾ ਉਹਦੇ ਵਿੱਚ ਮਨਚੂਰੀਅਨ ਵਿੱਚ। ਚੱਲ ਮੈਂ ਲਿਆ ਦਿੰਦਾ। ਠੀਕ ਹੈ ਮੰਮੀ, ਹਾਸਾ ਵੇਖੋ ਬਾਹਰ ਤੱਕ ਆਉਣ ਡਿਆ, ਇੱਥੇ ਤੇ ਬੜੀ ਖੁਸ਼ ਰਹਿੰਦੀ ਆ, ਵੇਖ ਦੀ ਭਰਜਾਈ ਦਾ ਵੀ ਹਾਸਾ। ਮੰਮੀ ਵੀ ਗੱਲ ਸੁਣ, ਇੱਕ ਇੱਟਾਂ ਵੀ ਪਤਾ ਨਹੀਂ ਇਹਨਾਂ ਨੇ ਕਿੱਦਾਂ ਦੀਆਂ ਲਾਈਆਂ ਵਾ, ਡੇਗੀ ਚੱਲੀ ਸੀ ਮੈਂ। ਹੁਣ ਉਖਲੀ ਸਿਰ ਦੇਣਾ ਹੀ ਪੈਣਾ ਜਦੋਂ ਆ ਗਈਆਂ ਵਾ, ਕੀ ਕਰਨਾ ਹੁਣ, ਜਾਈਏ ਤੇ ਸਹੀ, ਹੁਣ ਬੂਹੇ ਚੋਂ ਥੋੜਾ ਮੁੜ ਕੇ ਚੱਲ ਜਾਣਾ ਵਾ, ਇੱਕ ਵਾਰੀ ਜਾਈਏ ਸਹੀ। ਖੜਕਾ ਆਇਆ ਕੋਈ ਭਾਬੀ? ਚਲੋ ਫਿਰ ਤਿਆਰੀ ਕਰ ਲਈ ਆਪਾਂ ਥੋੜ੍ਹੀ ਬਹੁਤੀ। ਚਲੋ ਉਹ ਕੌਣ ਵਾ ਗੇਟ ਦੀ ਗਾੜੀ ਖਲੋਤਾ, ਕਦੀ ਆਉਣ ਜਾਂਦਾ ਕਦੀ ਆਉਣ ਜਾਂਦਾ, ਨੀ ਮੰਗਣ ਵਾਲੀਆਂ ਹੋਣੀਆਂ ਵਾ ਅੱਜ ਕੱਲ੍ਹ ਆ, ਬਾਹਰ ਵਾ ਨਾ ਲੋਹੜੀ ਦਾ ਮੌਸਮ ਆ ਤਾਂ ਕਰਕੇ ਆਉਣ ਬੜੀਆਂ ਡਿੰਗਾਂ ਵਾ, ਮੰਗਣ ਵਾਲੀਆਂ ਜਾ ਪੜੀਆਂ। ਮੰਗਣ ਵਾਲੀਆਂ ਹੁੰਦੀਆਂ ਤੇ ਗੇਟ ਨਾ ਖੜਕਾਉਂਦੀਆਂ, ਉਹ ਕਦੀ ਐ ਨੂੰ ਜਾਂਦੀਆਂ 2 ਜਾਣੀਆਂ, ਕਦੀ ਐ ਨੂੰ ਜਾਂਦੀਆਂ। ਰਹਿਣ ਦੇ, ਜੇ ਤੇ ਕੋਈ ਗੇਟ ਖੜਕਾਏਗਾ ਤੇ ਖੋਲ ਦਾਂਗੇ, ਨਹੀਂ ਤੇ ਰਹਿਣ ਦੀ। ਨਹੀਂ ਮੈਂ ਜਾਣਾ ਵਾ, ਬੱਤਾ ਬੁਰਾ ਲੱਗਦਾ। ਸਹੀ ਇੱਦਾਂ ਕੀਤਾ ਕੌਣ ਹੋਊਗਾ, ਜਾਣ ਕੇ ਗੱਲ ਪਵਾ ਲੈਣਾ, ਫਿਰ ਉਹਨੇ ਆਖਣਾ ਕਿ ਹੁਣ ਕੌਣ ਦਾ ਪੋ ਦੇ ਕੇ ਜਾਓ। ਆ ਗਿਆ ਆ ਗਿਆ। ਸਤਿ ਸ਼੍ਰੀ ਅਕਾਲ ਵੀਰ ਜੀ। ਆਕੜ ਵੇਖਿਆ ਕਿੰਨੀ ਹੈ, ਕਿਤੇ ਸਤਿ ਸ਼੍ਰੀ ਅਕਾਲ ਦਾ ਜਵਾਬ ਨਹੀਂ ਦਿੱਤਾ। ਨਹੀਂ ਚੱਲ ਕੋਈ ਗੱਲ ਨਹੀਂ, ਸਾਨੂੰ ਹੁਣ ਤਾਂ ਆਕੜ ਝੱਲਣੀ ਪੈਣੀ ਆ, ਕੀ ਕਰੀਏ ਹੁਣ।
ਉਂਝ ਵੀ ਹੁਣ ਇਹਨਾਂ ਨੇ ਆਕੜ ਜ਼ਿਆਦਾ ਹੀ ਕਰਨੀ ਆ, ਨਖਰੇ ਬੜੇ ਵਿਖਾਉਣੇ ਆਪਣੇ। ਕੋਈ ਗੱਲ ਨਹੀਂ। ਮੰਮੀ ਤੇ ਪ੍ਰੀਤੀ ਹੁਣ ਇਹ ਕਿੱਧਰ ਆ ਗਈਆਂ ਆ? ਪੱਕੀ ਗੱਲ ਆ, ਕਵਲ ਦਾ ਗੁੱਸਾ ਹੁਣ ਮੇਰੇ 'ਤੇ ਕੱਢਣ ਆ ਗਈਆਂ ਹੋਣੀਆਂ ਫਿਰ, ਕਿ ਕਵਲ ਦੇ ਨਾਲ ਕਿਉਂ ਨਹੀਂ ਆਈ। ਅਤੇ ਕੋਈ ਨਹੀਂ, ਇਸ ਵਾਰ ਤਾਂ ਮੈਂ ਵੀ ਨਹੀਂ ਇਹਨਾਂ ਨੂੰ ਬਖਸ਼ਣਾ। ਜੇ ਇਹਨਾਂ ਨੇ ਕੋਈ ਗੱਲਬਾਤ ਇਹੋ ਜਿਹੀ ਕੀਤੀ ਚੰਗੀਆਂ ਸੁਣਾਉਂਗੀ ਅੱਗੇ। ਸੰਦੀਪ, ਵੀਰ ਆਪਣੇ ਨੇ ਕਿਹਾ ਵੀ ਮੰਗਣ ਵਾਲੀਆਂ ਨੂੰ ਨਾ ਬਾਹਰ ਹੀ ਰਹਿਣ ਦੇ ਜਰੀਗਾ, ਫਿਰ ਉਹਨਾਂ ਨੇ ਅੰਦਰ ਆ ਜਾਣਾ, ਆਟਾ ਉੱਥੇ ਪਾ ਦਿੰਦੀ ਆ। ਪ੍ਰੀਤ, ਸਾਡੀ ਤੁਹਾਡੀ ਸਤਿ ਸ਼੍ਰੀ ਅਕਾਲ ਕਾਹਦੀ ਹੁਣ? ਆ ਜਾਓ, ਬਹਿ ਜਾਓ। ਜੀਤ ਨਹੀਂ ਕਰਦਾ ਇਹਨਾਂ ਨੂੰ ਮੱਥੇ ਲਾਉਣ ਨੂੰ, ਪਰ ਹੁਣ ਕੀ ਕਰਨਾ ਵਾ, ਜਦੋਂ ਘਰ ਆ ਹੀ ਗਈਆਂ ਵਾ, ਪਾਣੀ ਤਾਂ ਮੱਥੇ ਮਾਰਨਾ ਹੀ ਪੈਣਾ। ਸੰਦੀਪ, ਕੀ ਹਾਲ ਆ ਤੇਰਾ ਫਿਰ? ਮਾਸੀ ਜੀ, ਤੁਸੀਂ ਸੰਦੀਪ ਦਾ ਹਾਲ ਛੱਡੋ, ਤੁਸੀਂ ਆਪਣਾ ਹਾਲ ਦੱਸੋ। ਅਸੀਂ ਸੁਣਿਆ ਤੁਹਾਡੇ ਵਾਹਵਾ ਸੱਟਾਂ ਲੱਗੀਆਂ ਮਾਵਾਂ ਧੀਆਂ ਦੇ। ਸੋਨੂੰ, ਇਸ ਗੱਲ ਨੂੰ ਛੱਡ, ਅਸੀਂ ਤਾਂ ਕੋਈ ਹੋਰ ਗੱਲ ਕਰਨ ਆਏ ਹਾਂ। ਮੰਮੀ, ਜੇ ਹੁਣ ਫਿਰ ਤੁਸੀਂ ਕਿਸੇ ਗੱਲ ਨੂੰ ਲੈ ਕੇ ਕਲੇਸ਼ ਕਰਨ ਆਈਆਂ ਜੇ ਨਾ ਦੋਵੇਂ ਮਾਵਾਂ ਧੀਆਂ, ਤੇ ਰੱਬ ਦਾ ਵਾਸਤਾ, ਆਹ ਹੱਥ ਜੋੜਦੇ ਅਸੀਂ ਤੁਹਾਡੇ ਅੱਗੇ। ਅਸੀਂ ਨਹੀਂ ਹੁਣ ਤੁਹਾਡੇ ਨਾਲ ਕੋਈ ਵਾਟਾ ਸੱਟਾ ਲੈ ਸਕਦੇ, ਤੇ ਨਾ ਹੀ ਤੁਹਾਡੇ ਨਾਲ ਹੀ ਮੱਥਾ ਲਾ ਸਕਦੇ ਹਾਂ। ਆਪਾਂ ਨਾ ਥੱਕ ਚੁੱਕੇ ਹਾਂ। ਮੈਂ ਨਹੀਂ ਹੁਣ ਚਾਹੁੰਦੀ ਕਿ ਸਾਡੇ ਵਿੱਚ ਹੋਰ ਬੋਲ ਬੁਲਾਰਾ ਹੋਵੇ। ਚਾਹ ਪਾਣੀ ਪੀਓ ਤੇ ਆਪਣੇ ਘਰ ਨੂੰ ਜਾਓ ਆਰਾਮ ਨਾਲ। ਸੰਦੀਪ, ਅਸੀਂ ਤਾਂ ਤੈਨੂੰ ਲੈਣ ਆਏ ਹਾਂ, ਆਪਣੇ ਘਰ ਚੱਲ ਮੇਰੀ ਧੀ। ਕਿਹੜਾ ਘਰ? ਮੇਰਾ ਕੋਈ ਘਰ ਨਹੀਂ ਹੈਗਾ ਉੱਥੇ। ਵਾਧੇ ਘਾਟੇ ਤੇ ਹੁੰਦੇ ਰਹਿੰਦੇ, ਸੌ ਗੱਲਾਂ ਘਰ 'ਚ ਹੁੰਦੀਆਂ ਰਹਿੰਦੀਆਂ। ਇਹ ਥੋੜ੍ਹਾ ਤੂੰ ਪੱਕੀ ਇੱਥੇ ਰਹਿਣਾ, ਆਪਣੇ ਘਰ ਤਾਂ ਤੈਨੂੰ ਜਾਣਾ ਪੈਣਾ। ਕਵਲ ਵੀ ਘਰ ਆਏਗਾ ਤੇਰਾ ਕਰਕੇ, ਕਵਲ ਵੀ ਘਰੋਂ ਚੱਲ ਗਿਆ ਵਾ। ਮੰਮੀ, ਵਾਧੇ ਘਾਟੇ ਹੁੰਦਿਆਂ ਨੂੰ ਤੇ ਸਾਲ ਤੋਂ ਉੱਤੇ ਹੋ ਗਿਆ, ਤੇ ਬਥੇਰੇ ਜਰੇ ਵੀ ਆ ਤੇ ਸਹੇ ਵੀ ਆ, ਪਰ ਇਹ ਵਾਧੇ ਘਾਟੇ ਜੇ ਮੈਨੂੰ ਗਾਂਹ ਵੀ ਹੋਰ ਇੱਦਾਂ ਦੇ ਝੱਲਣੇ ਪੈਣਗੇ ਨਾ, ਤੇ ਇਹਦੇ ਨਾਲੋਂ ਚੰਗਾ ਆ ਕਿ ਮੈਂ ਉਹ ਘਰ 'ਚ ਪੈਰ ਨਾ ਹੀ ਪਾਵਾਂ। ਇਧਰੋਂ ਫੈਸਲਾ ਕਰੋ ਤੇ ਇਧਰੋਂ ਫੈਸਲਾ ਕਰ ਲੋ। ਅਸੀਂ ਤਾਂ ਸਾਨੂੰ ਤੇ ਆਪਣੇ ਆਪ ਦੀ ਸ਼ਰਮ ਮਾਰਨ ਲਈ ਹੈ। ਕੀ ਆਖਣਗੇ ਪਿੰਡ ਵਾਲੇ ਕਿ ਦੂਜੇ ਦਿਨ ਇਹਨਾਂ ਦੇ ਘਰ ਇਹੋ ਕੰਮ ਹੀ ਰਹਿੰਦਾ ਵਾ? ਨਾ ਨਾ ਸੋਨੂੰ ਪੁੱਤ, ਅਸੀਂ ਬੜੇ ਮਾਣ ਨਾਲ ਇਹਨੂੰ ਲੈਣ ਆਏ ਹਾਂ, ਤੁਸੀਂ ਸਾਡਾ ਘਰ ਆਇਆਂ ਦਾ ਮਾਣ ਰੱਖ ਲਓ, ਸਾਡੇ ਨਾਲ ਇਹਨੂੰ ਭੇਜ ਦਿਓ। ਮਾਸੀ ਜੀ, ਹਾਂ ਮਾਣ ਵਾਲੀ ਗੱਲ ਤਾਂ ਤੁਸੀਂ ਨਾ ਹੀ ਕਰੋ ਤੇ ਨਾ ਹੀ ਤੁਹਾਡੇ ਮੂੰਹੋਂ ਫੱਬਦੀ ਆ। ਜੇ ਇਹ ਗੱਲ ਆ ਨਾ ਤੇ ਮਾਣ ਨਾਲ ਤਾਂ ਅਸੀਂ ਵੀ ਬੜੇ ਗਏ ਹਾਂ ਉੱਦਣ, ਨਾਲੇ ਸਾਡੀ ਮਾਮੇ ਦੀ ਕੁੜੀ ਪਹਿਲੀ ਵਾਰੀ ਗਈ ਸੀ, ਸਿੱਧੇ ਮੂੰਹ ਵਿਚਾਰੀ ਨੂੰ ਕਿਸੇ ਨੇ ਕਵਾਇਆ ਨਹੀਂ। ਤੇ ਦੂਜੀ ਗੱਲ, ਅਸੀਂ ਤਾਂ ਅਜੇ ਘਰ ਵੀ ਨਹੀਂ ਪਹੁੰਚੇ ਤੇ ਵਿਚਾਰੀ ਦਾ ਰੋਂਦੀ ਕਰਲਾਉਂਦੀ ਦਾ ਫੋਨ ਮਗਰ ਹੀ ਆ ਗਿਆ ਵੀ ਮੈਨੂੰ ਛੇਤੀ ਆਣ ਕੇ ਲੈ ਜਾ, ਮੈਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਦਾ, ਤੇ ਅਜੇ ਤੁਸੀਂ ਮਾਣ ਦੀਆਂ ਗੱਲਾਂ ਕਰਦੇ ਜੇ। ਨਾਲੇ ਮਾਸੀ ਜੀ, ਜਦੋਂ ਤੁਸੀਂ ਆਪਣੇ ਹੱਥੀ ਦੋਵਾਂ ਮਾਵਾਂ ਧੀਆਂ ਨੇ ਇਹਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ, ਤੇ ਹੁਣ ਤੁਸੀਂ ਕਿਹੜੇ ਮੂੰਹ ਨਾਲ ਨੂੰ ਲੈਣ ਆਈਆਂ ਜੇ? ਨਾਲੇ ਹੁਣ ਤੇ ਤੁਹਾਡਾ ਕੋਈ ਮਤਲਬ ਹੀ ਨਹੀਂ ਬਣਦਾ ਇਹਨੂੰ ਨਾਲ ਲੈ ਕੇ ਜਾਣ ਦਾ। ਜੋ ਤੁਸੀਂ ਚਾਹੁੰਦੀਆਂ ਸੀ ਨਾ ਉਹ ਤੇ ਗਿਆ ਵਾ ਉਹ, ਅੱਜ ਤੁਸੀਂ ਇਹਨੂੰ ਲੈ ਜਾਓਗੀਆਂ, ਕੱਲ੍ਹ ਜਾ ਕੇ ਫਿਰ ਉੱਥੇ ਲੜਾਈ ਝਗੜਾ ਹੋਏਗਾ, ਉਹ ਹੀ ਕੁੱਤ ਕਲੇਸ਼ ਹੋਏਗਾ, ਫਿਰ ਅਸੀਂ ਇਹਨੂੰ ਲੈਣ ਜਾਵਾਂਗੇ। ਬਸ ਅਸੀਂ ਇੱਦਾਂ ਕਰਦੇ ਰਹਾਂਗੇ ਸਾਰੀ ਉਮਰ? ਉਹ ਨਹੀਂ ਵੀਰ ਜੀ, ਕੁਛ ਨਹੀਂ ਇੱਦਾਂ ਦਾ ਹੁੰਦਾ। ਜਦੋਂ ਹੁਣ ਤੁਹਾਨੂੰ ਅਸੀਂ ਕਹਿਣ ਡਏ ਹਾਂ ਕਿ ਤੁਸੀਂ ਇਹਨਾਂ ਨੂੰ ਸਾਡੇ ਨਾਲ ਭੇਜ ਦਿਓ,
ਸੱਚੀ ਗੱਲ ਆ, ਸਾਡੇ ਤੇ ਯਕੀਨ ਕਰੋ ਕੋਈ ਗੱਲ ਨਹੀਂ ਹੁੰਦੀ, ਕਿਤੇ ਉੱਚੀ ਆਵਾਜ਼ ਚ ਵੀ ਆਪਾਂ ਇਹਨਾਂ ਦੇ ਨਾਲ ਗੱਲ ਨਹੀਂ ਕਰਦੇ। ਨੀ ਤੂੰ ਤੇ ਭੈਣਾ ਚੁੱਪ ਹੀ ਰਹਿ, ਤੀਜੇ ਪਿੰਡੋਂ ਆਣ ਕੇ ਨਾ ਤੂੰ ਤੂੰ ਵਿੱਚ ਲੱਤ ਫਸਾ ਲੈਨੀ ਆ, ਤੇਰਾ ਮੈਨੂੰ ਭੁਲੇਖਾ ਨਹੀਂ ਹੈਗਾ। ਚੰਗਾ ਤੇ ਨਾ ਹੀ ਤੇਰੀਆਂ ਮੈਨੂੰ ਉਹ ਗੱਲਾਂ ਭੁੱਲੀਆਂ ਜਿਹੜੀਆਂ ਤੂੰ ਫੋਨ ਤੇ ਕੀਤੀਆਂ ਸੀ, ਉਹ ਤੇ ਮੈਂ ਹੀ ਚੰਗੀ ਆ ਵੀ ਜਿਹੜੀਆਂ ਮੈਂ ਤੇਰੀਆਂ ਗੱਲਾਂ ਦਾ ਜਵਾਬ ਨਹੀਂ ਦਿੱਤਾ ਵੀ ਚੱਲ ਸਾਡੀ ਕੀ ਧੀ ਦੀ ਨਣਾਣ ਵਾ। ਠੀਕ ਆ ਭਾਬੀ ਜੀ, ਮੈਂ ਮੰਨਦੀ ਹਾਂ ਕਿ ਮੈਂ ਫੋਨ ਤੇ ਵੱਧ ਘੱਟ ਬੋਲੀ ਹਾਂ ਤੁਹਾਡੇ ਨਾਲ। ਚਲੋ ਜਦੋਂ ਗੁੱਸਾ ਗਿਲਾ ਹੁੰਦਾ ਨਾ ਉਦੋਂ ਬਥੇਰੀਆਂ ਗੱਲਾਂ ਮੂੰਹ 'ਚ ਨਿਕਲ ਜਾਂਦੀਆਂ ਵਾਂ, ਪਰ ਜੇ ਹੁਣ ਤੁਹਾਨੂੰ ਪਤਾ ਆਪਾਂ ਆਏ ਹਾਂ, ਹੁਣ ਇੱਦਾਂ ਨਾ ਕਰੋ ਤੁਸੀਂ। ਤਾਂ ਅਸੀਂ ਵੀ ਬਥੇਰੀ ਵਾਰੀ ਜਾਂਦੇ ਹਾਂ, ਉਦੋਂ ਤਾਂ ਤੈਨੂੰ ਕਿਤੇ ਇਹ ਨਹੀਂ ਪਤਾ ਵੀ ਕਿਹਨੇ ਸੱਤ ਸੱਤ ਕਹਿਣੀ ਆ, ਇੰਨੀ ਅਕਲ ਵੀ ਨਹੀਂ ਹੈਗੀ ਤੈਨੂੰ। ਤੂੰ ਮੈਨੂੰ ਇਹ ਦੱਸ ਵੀ ਭੈਣਾਂ ਤੇ ਭਰਾਵਾਂ ਦੀ ਸੁੱਖ ਮੰਗਦੀਆਂ ਵਾਂ ਵੀ ਮੇਰੇ ਭਰਾ ਸੁਖੀ ਵੱਸਦੇ ਰਹਿਣ, ਤੇ ਤੂੰ ਤੇ ਆਪਣੇ ਭਰਾ ਦਾ ਘਰ ਜਾਣ 'ਚ ਕੋਈ ਕਸਰ ਨਹੀਂ ਛੱਡੀ, ਤੂੰ ਕਿਹੋ ਜਿਹੀ ਭੈਣ ਆ ਉਹਦੀ? ਨਾ ਨਾ ਸੋਨੂੰ ਪੁੱਤ, ਸਾਨੂੰ ਪਤਾ ਸਾਡੇ ਕੋਲ ਗਲਤੀਆਂ ਹੋਈਆਂ, ਹੁਣ ਇਹਨਾਂ ਗੱਲਾਂ ਨੂੰ ਛੱਡੋ, ਮਿੱਟੀ ਪਾਓ ਇਹਨਾਂ ਗੱਲਾਂ ਤੇ। ਇਹ ਵੀ ਮੇਰੀ ਧੀ ਹੁਣ ਘਰ ਆਪਣੇ ਵਸੇ, ਜੋ ਮਰਜ਼ੀ ਖਾਵੇ ਪਕਾਏ ਕੋਈ ਗੱਲ ਨਹੀਂ ਗਾਂ ਤੋਂ ਹੁੰਦੀ ਹੈਗੀ, ਤੇ ਇਹ ਵੀ ਆਪਣੇ ਘਰ ਜਾਵੇ। ਨਾਲੇ ਵਿੱਕੀ ਵੀ ਕਹਿ ਗਿਆ ਵਾ ਵੀ ਜਿੰਨਾ ਚਿਰ ਸੰਦੀਪ ਨਹੀਂ ਘਰ ਆਉਂਦੀ ਓਨਾ ਚਿਰ ਮੈਂ ਇਹਨੂੰ ਨਹੀਂ ਲੈ ਕੇ ਜਾਣਾ ਹੈਗਾ। ਚਲਦੀ ਹੈ ਤੂੰ ਆਪਣੇ ਘਰ ਆ ਤੇ ਇਹ ਮੇਰੀ ਧੀ ਆਪਣੇ ਘਰ ਜਾਵੇ, ਚੱਲ ਦੋਵੇਂ ਘਰ ਵਸਣਗੇ। ਤੂੰ ਹੁਣ ਤਿਆਰ ਹੋ, ਸਾਡੇ ਨਾਲ ਚੱਲ ਮੇਰੀ ਧੀ। ਮੰਮੀ ਹੁਣ ਤੁਹਾਡੀ ਆਪਣੀ ਆਂਦਰ ਨੂੰ ਸੇਕ ਲੱਗਾ ਆ, ਤੇ ਹੁਣ ਤੁਹਾਨੂੰ ਦੁੱਖ ਲੱਗਣ ਡਿਆ ਨਾ ਵੀ ਧੀ ਘਰ ਬੈਠੀ ਹੋਵੇ ਤੇ ਕਿੱਦਾਂ ਦਾ ਲੱਗਦਾ? ਚੰਗੇ ਭਲੇ ਵੱਸਦੇ ਵੱਸਦੇ ਘਰ ਤੇ ਤੁਸੀਂ ਉਜਾੜਤੇ, ਉਦੋਂ ਕਿਉਂ ਨਹੀਂ ਵਸਣ ਦਿੱਤੇ ਜਦੋਂ ਵੱਸਦੇ ਸੀ? ਹੁਣ ਕਹਿਣ ਡੇ ਜੇ ਘਰ ਵਸਣ ਤੇ ਵਸਿਆ ਵਸਾਇਆ ਨੂੰ ਉਜਾੜ ਕੇ ਕੀ ਮਿਲਿਆ? ਨਾਲੇ ਨਾ ਵਿੱਚੋਂ ਅਸਲੀ ਗੱਲ ਤੇ ਇਹੋ ਹੀ ਆ ਕਿ ਤੁਹਾਡੀ ਧੀ ਘਰ ਬੈਠੀ ਆ ਤੇ ਮੈਨੂੰ ਤੁਸੀਂ ਤਾਂ ਲੈਣ ਆਏ ਜੇ ਵੀ ਜੇ ਮੈਂ ਘਰ ਜਾਊਂਗੀ ਤੇ ਇਹ ਆਪਣੇ ਘਰ ਜਾਊਗੀ। ਪਰ ਨਹੀਂ, ਤੁਹਾਨੂੰ ਕਿੱਦਾਂ ਪਤਾ ਲੱਗੂਗਾ? ਧੀਆਂ ਦੇ ਘਰ ਬਹਿਣ ਦੇ ਦੁੱਖ ਕੀ ਹੁੰਦੇ ਆ? ਤੁਹਾਨੂੰ ਵੀ ਤੇ ਮਿਲਣਾ ਚਾਹੀਦਾ ਨਾ ਇਹ ਗੱਲ ਦਾ ਸਬਕ, ਅਹਿਸਾਸ ਹੋਣਾ ਚਾਹੀਦਾ ਵੀ ਧੀਆਂ ਘਰ ਬਿਠਾਉਣੀਆਂ ਸੌਖੀਆਂ ਨਹੀਂ ਹੁੰਦੀਆਂ। ਤੇ ਤੁਸੀਂ ਵੀ ਹੁਣ ਵੇਖੋ ਸਵਾਦ, ਮੈਂ ਤੇ ਬੜੀ ਵਾਰੀ ਵੇਖਿਆ ਤੇ ਮੈਨੂੰ ਤੁਸੀਂ ਬੜੀ ਵਾਰੀ ਵਿਖਾਇਆ ਇਹ ਸਵਾਦ ਪੇਕੇ ਘਰ ਬਹਿਣ ਦਾ, ਤੇ ਹੁਣ ਭੁੱਲ ਜਾਓ ਕਿ ਮੈਂ ਤੁਹਾਡੇ ਨਾਲ ਜਾਊਂਗੀ, ਇੱਦਾਂ ਤੇ ਕਦੀ ਹੋ ਨਹੀਂ ਸਕਦਾ। ਹੁਣ ਤੁਸੀਂ ਇੱਥੇ ਹੋਰ ਚਿਹਰਾ ਵਿਖਾਉਣ ਡਈਆਂ ਜੇ, ਘਰ ਜਾ ਕੇ ਤੁਹਾਡੇ ਇਹੋ ਰੰਗ ਬਦਲ ਜਾਣੇ। ਮਾਸੀ ਜੀ, ਸੱਚ ਨੂੰ ਤੁਸੀਂ ਬੜਾ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਸੱਚ ਜ਼ਬਾਨ ਤੇ ਆ ਹੀ ਗਿਆ, ਨਹੀਂ ਲੁਕਿਆ ਰਿਹਾ। ਆ ਤਾਂ ਤੁਸੀਂ ਸੌਦੇਬਾਜ਼ੀ ਕਰਨ ਆਏ ਜੇ, ਸੰਦੀਪ ਨੂੰ ਘਰ ਲੈ ਜਾਂਗੀ ਤੇ ਉਹ ਆਪਣੇ ਘਰ ਚਲ ਜੂਗੀ। ਜੇ ਕਿਤੇ ਤੁਸੀਂ ਆਹ ਗੱਲ ਆ ਨਾ ਕਰਦੇ ਸੌਦੇਬਾਜ਼ੀ ਵਾਲੀ, ਤੇ ਹੋ ਸਕਦਾ ਅਸੀਂ ਮੰਨ ਹੀ ਜਾਂਦੇ, ਸਾਡਾ ਮਨ ਪਿਘਲ ਹੀ ਜਾਂਦਾ। ਮੈਂ ਸੰਦੀਪ ਨੂੰ ਸਮਝਾ ਲੈਂਦਾ ਜਾਣ ਵਾਸਤੇ ਰਾਜ਼ੀ ਕਰ ਲੈਂਦਾ, ਪਰ ਹੁਣ ਨਹੀਂ, ਹੁਣ ਤੇ ਆਹ ਗੱਲ ਨੇ ਨਾ ਸਾਨੂੰ ਸਗੋਂ ਪੱਕਿਆ ਕਰਤਾ ਵਾ। ਆਈਆਂ ਤਾਂ ਤੁਸੀਂ ਆਪਣੇ ਮਤਲਬ ਨੂੰ ਜੇ, ਉਹ ਆਹ ਵੇਖੋ ਮਾਸੀ ਜੀ, ਮੈਂ ਹੱਥ ਜੋੜਦਾ ਤੁਹਾਡੇ ਅੱਗੇ, ਉਹ ਜੀ ਲੈਣ ਤੋਂ ਮੇਰੀ ਭੈਣ ਉਹਦੀ ਜ਼ਿੰਦਗੀ, ਸਾਡੇ ਵੱਲੋਂ ਕੋਰੀ ਨਾ ਜੇ, ਅਸੀਂ ਨਹੀਂ ਜੇ ਭੇਜਣਾ ਉਹਨੂੰ ਤੁਹਾਡੇ ਨਾਲ। ਸੰਦੀਪ, ਅਸੀਂ ਦੋਵਾਂ ਮਾਵਾਂ ਧੀਆਂ ਨੇ ਬੜੀਆਂ ਤੁਹਾਡੀਆਂ ਗੱਲਾਂ ਸੁਣ ਲਈਆਂ, ਤੇਰੀਆਂ ਵੀ, ਤੇਰੇ ਭਰਾ ਭਰਜਾਈ ਦੀਆਂ ਵੀ ਸੁਣੀਆਂ। ਪਤਾ ਕਿਉਂ ਆ? ਕਿਉਂਕਿ ਅਸੀਂ ਤੈਨੂੰ ਲੈਣ ਆਏ ਹਾਂ। ਉੱਠ ਮੇਰੀ ਧੀ, ਚੱਲੀਏ ਅਸੀਂ ਆਪਣੇ ਘਰ। ਆਪਣੇ ਘਰ ਹੀ ਜਾਵਾਂਗੇ ਨਾ ਤੇ ਫੇਰ ਹੀ ਸਾਡਾ ਵਸੇਬਾ ਆ, ਆਪਣਾ ਘਰ ਆ ਤੇਰਾ। ਉੱਠ ਮੇਰੀ ਧੀ, ਤਿਆਰ ਹੋ, ਚੱਲੀਏ। ਹੁਣ ਇਹ ਫੈਸਲਾ ਮੇਰਾ ਇਕੱਲੀ ਦਾ ਨਹੀਂ ਰਹਿ ਗਿਆ ਕਿ ਜੇ ਤੁਸੀਂ ਕਿਹਾ ਤੇ ਮੈਂ ਤੁਹਾਡੇ ਨਾਲ ਤੁਰ ਪਾਂ। ਹੁਣ ਇਹ ਫੈਸਲਾ ਕਵਲ ਤੇ ਵਿੱਕੀ ਭਾਜੀ ਦਾ ਵੀ ਆ, ਜੇ ਤੇ ਉਹ ਮੰਨ ਜਾਣਗੇ ਤੇ ਠੀਕ ਆ, ਉਹ ਪਹਿਲਾਂ ਆਉਣਗੇ ਘਰ ਤੇ ਮੈਂ ਫਿਰ ਜਾਵਾਂਗੀ। ਜਾਓ, ਪਹਿਲਾਂ ਉਹਨਾਂ ਨਾਲ ਗੱਲ ਕਰੋ ਜਾ ਕੇ। ਤੁਸੀਂ ਵਿੱਕੀ ਦੀ ਨਾ ਫਿਕਰ ਕਰੋ,
ਉਹਨਾਂ ਨਾਲ ਮੈਂ ਆਪੇ ਗੱਲ ਕਰ ਲੂੰਗੀ। ਬਸ ਤੁਸੀਂ ਸਾਡੇ ਨਾਲ ਹੁਣ ਚੱਲੋ। ਹੈ ਸੰਦੀਪ, ਕਵਲ ਦਾ ਵੀ ਨਾ ਫਿਕਰ ਕਰ, ਨਾਲੇ ਖੁਸ਼ੀ ਸਾਡੇ ਘਰ ਆਉਣ ਵਾਲੀ ਆ, ਆਪਣੇ ਘਰ ਹੀ ਵਧੀਆ ਰਹਿੰਦਾ ਵਾ, ਉੱਥੇ ਖੁਸ਼ੀਆਂ ਮਨਾਵਾਂਗੇ ਰਲ ਮਿਲ ਕੇ। ਤੇ ਚੱਲ ਘਰ ਨੂੰ ਚੱਲੀਏ, ਚੱਲ ਮਿਲਦੀ। ਮਾਸੀ ਜੀ, ਖੁਸ਼ੀ ਤੇ ਉਦਣ ਵੀ ਆਉਣ ਵਾਲੀ ਸੀ ਜਿੱਦਣ ਉਹਨੇ ਵਿਚਾਰੀ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਸੀ, ਉਦਣ ਚੇਤਾ ਭੁੱਲ ਗਿਆ ਸੀ ਖੁਸ਼ੀ ਦਾ। ਇਹੋ ਤੇ ਮੈਂ ਕਹਿਣ ਡਈ ਆ ਵੀ ਪਿਛਲੀਆਂ ਗੱਲਾਂ ਛੱਡੋ, ਹੁਣ ਘਰ ਵਸਣ ਦੋ। ਇੰਨੀਆਂ ਸੌਖੀਆਂ ਨੀ ਨਾ ਪਿਛਲੀਆਂ ਗੱਲਾਂ ਛੱਡਣੀਆਂ, ਸਾਨੂੰ ਨੀ ਭੁੱਲਦੀਆਂ। ਦੋ ਘਰ ਉੱਜਣ ਡਏ ਨੇ ਜੀ ਤਾਂ ਭਾਬੀ। ਭਾਬੀ ਜਾਣ ਨੂੰ ਤਿਆਰ ਆ, ਪਰ ਹੁਣ ਤੁਸੀਂ ਇੱਦਾਂ ਦੀਆਂ ਗੱਲਾਂ ਕਰਨ ਡੇ ਜੇ, ਹੁਣ ਹਾ ਕੰਮ ਨਾ ਕਰੋ, ਜਾਲਾਂ ਦਾ ਵੇਖ ਲਓ, ਤੁਸੀਂ ਵੀ ਆਪਣਾ ਗੁੱਸਾ ਛੱਡ ਦੋ। ਸਦਾ ਧੀਆਂ ਨੂੰ ਰੋਟੀਆਂ ਨਹੀਂ ਖਵਾਲੀਆਂ ਜਾਂਦੀਆਂ, ਨਹੀਂ ਰੱਖੀਆਂ ਜਾਂਦੀਆਂ, ਆਪਣੇ ਘਰ ਹੀ ਚੰਗੀਆਂ ਰਹਿੰਦੀਆਂ। ਮੈਂ ਤੇ ਨੀ ਜਾਣ ਨੂੰ ਤਿਆਰ, ਤੈਨੂੰ ਕਿੱਧਰੋਂ ਲੱਗ ਗਿਆ ਕਿ ਮੈਂ ਜਾਣ ਨੂੰ ਤਿਆਰ ਆ? ਨਾਲੇ ਕੋਈ ਇੱਦਾਂ ਇੱਕਦਮ ਕਿੱਦਾਂ ਬਦਲ ਸਕਦਾ? ਸਾਡੇ ਲਈ ਹੁਣ ਯਕੀਨ ਕਰਨਾ ਨਾ ਬੜਾ ਹੀ ਔਖਾ ਆ। ਪਹਿਲਾਂ ਜਾ ਕੇ ਤੁਸੀਂ ਇੱਕ ਵਾਰੀ ਉਹਨਾਂ ਨਾਲ ਗੱਲ ਕਰ ਲਓ, ਜੇ ਉਹ ਮੈਨੂੰ ਕਹਿਣਗੇ ਤਾਂ ਫਿਰ ਮੈਂ ਆ ਜਾਊਂਗੀ। ਨਾਲੇ ਅਸੀਂ ਤੁਹਾਡੇ 'ਤੇ ਕਿੱਦਾਂ ਯਕੀਨ ਕਰ ਲਈਏ, ਕੀ ਪਤਾ ਤੁਸੀਂ ਜਾ ਕੇ ਤਾਂ ਉਹਦਾ ਵਿਚਾਰੀ ਦਾ ਨੁਕਸਾਨ ਨਾ ਕਰੋ, ਅਸੀਂ ਕਿੱਦਾਂ ਤੁਹਾਡੇ 'ਤੇ ਯਕੀਨ ਕਰ ਸਕਦੇ ਹਾਂ? ਹੁਣ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਨ ਡੇ ਜੇ, ਉਹ ਵੀ ਤਾਂ ਸਾਡੇ ਘਰ ਦਾ ਮੈਂਬਰ ਆ, ਅਸੀਂ ਕਿਹੜੀ ਗੱਲ ਉਹਨਾਂ ਦਾ ਨੁਕਸਾਨ ਕਰਨਾ? ਠੀਕ ਹੈ ਜਿਹੜੀਆਂ ਗੱਲਾਂ ਹੋ ਗਈਆਂ ਆਪਾਂ ਮੰਨਦੇ ਵੀ ਹਾਂ, ਪਰ ਹੁਣ ਤਾਂ ਆਪਾਂ ਲੈਣ ਆਏ ਹਾਂ ਨਾ। ਨਹੀਂ ਪ੍ਰੀਤੀ, ਬਸ ਕਰੋ। ਮੈਨੂੰ ਤਾਂ ਇੱਦਾਂ ਲੱਗਦਾ ਭਾਬੀ ਨੂੰ ਗੁੱਸਾ ਘੱਟ, ਪਰ ਤੁਹਾਨੂੰ ਸਾਡੇ 'ਤੇ ਜ਼ਿਆਦਾ ਗੁੱਸਾ ਆ। ਓਏ ਸਮਝ ਲਾ ਪ੍ਰੀਤ, ਜੋ ਤੂੰ ਸਮਝਣਾ ਵਾ, ਜੇ ਸਾਡਾ ਕਸੂਰ ਕੱਢਦੀਆਂ ਨਾ ਤਾਂ ਸਾਡਾ ਹੀ ਸਹੀ, ਪਰ ਹੁਣ ਅਸੀਂ ਸੰਦੀਪ ਨੂੰ ਇੱਦਾਂ ਨਹੀਂ ਜਾਣ ਦੇਣਾ ਚੰਗਾ। ਕਵਲ ਆਊਗਾ, ਨਾਲ ਵਿੱਕੀ ਆਊਗਾ, ਉਹ ਕੋਈ ਫੈਸਲਾ ਕਰਨਗੇ, ਫਿਰ ਹੀ ਤੋਰਾਂਗੇ, ਤੁਹਾਡੇ ਨਾਲ ਨਹੀਂ ਤੋਰਦੇ ਕਦੀ ਵੀ ਅਸੀਂ। ਆ ਵੇਖੋ, ਹੱਥ ਜੋੜਦੀ ਹਾਂ ਮੈਂ ਤੁਹਾਡੇ ਅੱਗੇ, ਮੈਂ ਹੁਣ ਤੁਹਾਨੂੰ ਧੱਕੇ ਮਾਰ ਕੇ ਤਾਂ ਕੱਢ ਨਹੀਂ ਸਕਦੀ, ਕਿਉਂਕਿ ਸਾਡੇ ਦੇ ਖੂਨ ਦੇ ਵਿੱਚ ਇਹ ਚੀਜ਼ ਹੈ ਨਹੀਂ ਆ ਕਿ ਕਿਸੇ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਣਾ ਹੋਵੇ। ਤੁਸੀਂ ਜਾਓ, ਕੋਈ ਫੈਸਲਾ ਕਰੋ ਉਹਨਾਂ ਦੇ ਨਾਲ, ਅਤੇ ਫਿਰ ਗੱਲ ਕਰਾਂਗੇ। ਅਸੀਂ ਇਹ ਵੀ ਨਹੀਂ ਆਉਂਦੇ ਵੀ ਚੁੱਪ ਕਰਕੇ ਚੱਲ ਜਾਓ, ਬਹਿ ਜਾਓ, ਚਾਹ ਬਣਾਉਂਦੇ ਹਾਂ, ਰੋਟੀ ਪਾਣੀ ਖਾ ਕੇ ਜਾਇਓ, ਇੰਨੇ ਹੀ ਨਿਰਦਈ ਨਹੀਂ ਹੈਗੇ ਅਤੇ ਤੁਹਾਨੂੰ ਇੱਦਾਂ ਹੀ ਤੋਰ ਦਾਂਗੇ। ਚਲੋ ਠੀਕ ਹੈ, ਉਹਨਾਂ ਨਾਲ ਗੱਲਬਾਤ ਕਰਕੇ ਅਤੇ ਫਿਰ ਅਸੀਂ ਆਵਾਂਗੇ ਸਾਰੇ ਜਾਣੇ, ਅਤੇ ਫਿਰ ਲੈ ਜਾਵਾਂਗੇ ਇਹਨੂੰ। ਉਹ ਕੋਈ ਨਹੀਂ, ਵੇਖ ਲਓ ਤੁਸੀਂ ਆਪਣੀ ਸਲਾਹ ਕਰ ਲਿਓ, ਪਰ ਹੁਣ ਚੱਲਣੀ ਇੱਥੇ ਕਵਲ ਦੀ ਅਤੇ ਜਾਂ ਵਿੱਕੀ ਦੀ ਆ, ਤੁਹਾਡੀ ਨਹੀਂ ਕੋਈ ਮੰਨੀ ਜਾਣੀ। ਸੰਦੀਪ, ਆਹ ਗੱਲ ਤੂੰ ਨਾ ਬਿਲਕੁਲ ਸਹੀ ਕਹੀ ਆ, ਵੀ ਐਡੀ ਛੇਤੀ ਇਹ ਸੁਧਰ ਤਾਂ ਨਹੀਂ ਸਕਦੀਆਂ ਜਿਹੜੀਆਂ ਇੰਨੇ ਨਾਟਕ ਝੂਠੇ ਕਰਦੀਆਂ ਵਾ, ਤੇ ਚੰਗੇ ਹੋਣ ਦਾ ਡਰਾਮਾ ਨੇ ਤੇ ਕਮੈਂਟ ਚੋਂ ਦੀ ਕਰ ਲੈਣਾ ਇਹਨਾਂ ਨੇ। ਹੋਰ ਕੀ ਸੰਦੀਪ, ਆਈਆਂ ਤੇ ਆਪਣੇ ਮਤਲਬ ਨੂੰ ਹੀ, ਜਦੋਂ ਮੈਂ ਪੁੱਛਿਆ ਨਾ ਸੰਦੀਪ ਦਾ ਹਾਲ ਠੀਕ ਆ, ਤੁਸੀਂ ਸੁਣਾਓ ਵੀ ਤੁਹਾਡਾ ਕੀ ਹਾਲ ਆ, ਸੱਟਾਂ ਤੁਹਾਡੇ ਆਉਂਦੇ ਬੜੀਆਂ ਲੱਗੀਆਂ ਸੀ, ਉਸੇ ਵੇਲੇ ਮੁੱਕਰ ਗਈ, ਕਹਿੰਦੇ ਇਹ ਗੱਲ 'ਤੇ ਪਰਦਾ ਪਾਓ, ਇਹ ਗੱਲ ਨਾ ਕਰੋ, ਐਡੀ ਤੇਜ਼ ਜਨਾਨੀ ਕਿਤੇ ਵੀ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੰਦੀ ਅਜੇ ਵੀ। ਤੇ ਉਹ ਜਿਹੜੀ ਆਈ ਸੀ ਨਣਾਨ ਤੇਰੀ ਲੁਤਰੋ, ਓਦਾਂ ਆਉਂਦੀ ਆ ਵੀ ਬੰਦਾ ਮੈਨੂੰ ਛੱਡ ਗਿਆ ਤਾਂ ਸੁਰਖੀ ਉਹਦੇ ਬੁੱਲਾਂ 'ਤੇ ਵੇਖ ਕਿੱਦਾਂ ਲੱਗੀ, ਕੀ ਆਉਂਦੀ ਆ ਟਾਵਰ 'ਚ ਤਾਂ ਪੂਰੇ ਰਹਿੰਦੀ ਆ, ਇਹਨਾਂ ਨਹੀਂ ਪਤਾ ਵੀ ਮੇਰਾ ਘਰ ਵਾਲਾ ਮੈਨੂੰ ਛੱਡ ਗਿਆ ਏ, ਮਾਸਾ ਕਿਤੇ ਹੈ ਅੱਖਾਂ 'ਚ ਸ਼ਰਮ ਉਹਦਿਆਂ 'ਚ। ਇਹੋ ਤਾਂ ਇਹਨਾਂ ਦੀ ਗੱਲ ਵਾ, ਸਿਆਣਪ ਘੱਟ ਵਾ ਅਤੇ ਗੱਲ ਕਰ ਦਿੰਦੀਆਂ ਮੂੰਹ ਪੜ ਕੇ ਝੱਟ ਹੀ, ਅਤੇ ਇਹ ਵੀ ਨਹੀਂ ਇਹਨਾਂ ਨੂੰ ਪਤਾ ਲੱਗਦਾ ਕਿ ਜਿਹੜਾ ਅਸੀਂ ਕੰਮ ਕਰਨ ਲੱਗੀਆਂ ਇਹਦਾ ਨਤੀਜਾ ਕੀ ਨਿਕਲਣਾ, ਅਤੇ ਇਹਦਾ ਕਿੰਨਾ ਮਾੜਾ ਅਸਰ ਹੋ ਸਕਦਾ ਸਾਰੇ ਪਰਿਵਾਰ 'ਤੇ। ਇਹਨਾਂ ਦਾ ਤਾਂ ਇਹ ਇਰਾਦਾ ਸੀ ਵੀ ਚੱਲ ਅਸੀਂ ਤਰਲੇ ਲਵਾਂਗੇ, ਦੋ ਕੁ ਵਾਰੀ ਰੋਣੇ ਰੋਵਾਂਗੇ ਅਤੇ ਚੱਲ ਉਹਨਾਂ ਨੇ ਤਾਂ ਝੱਟ ਮੰਨ ਜਾਣਾ ਵਾ, ਪਰ ਹੁਣ ਅਸੀਂ ਵੀ ਪੱਕੇ ਹੋ ਗਏ ਇਹਨਾਂ ਦੇ ਡਰਾਮੇ ਵੇਖ ਵੇਖ ਕੇ ਨਾ। ਆਈਆਂ ਤਾਂ ਇਹੋ ਕਰਨ ਸੀ ਆਪਣੀ ਵੱਲੋਂ ਚਲਾਕੀ ਖੇਡਣੀ ਆਈਆਂ ਸੀ ਕਿ ਅਸੀਂ ਖਰਿਆ ਪਿਆਰ ਦਲਾਸੇ ਦੇ ਨਾਲ ਪਚਕਾਰ ਕੇ ਅਤੇ ਇਹਨੂੰ ਲੈ ਜਾਂਗੀਆਂ ਜੇ ਇਹ ਕਵਲ ਹੁਣਾਂ ਨਾਲ ਨਹੀਂ ਆਈ, ਪਰ ਇਹਨਾਂ ਨੂੰ ਕਿੱਦਾਂ ਪਤਾ ਲੱਗੂਗਾ?
ਚੱਲ ਆ ਜਾ ਬਹਿ ਜਾ ਘੜੀ, ਹੁਣ ਧੁੱਪ ਬੜੀ ਆ ਬਾਹਰ, ਸਿੱਕ ਗਏ ਆ ਪੂਰੇ। ਚਾਹ ਬਥੇਰੀ ਪਿਆਲ ਛੜੀ ਉਹਨਾਂ ਨੂੰ, ਅਜੇ ਕੋਈ ਕਸਰ ਰਹਿ ਗਈ? ਚਲੋ ਘੜੀ ਲੰਮੇ ਪੈ ਲੋ।